47 ਦੇ ਵਿੱਚ ਸਾਰੇ ਪਾਸੇ ਨੁਕਸਾਨ ਹੋਇਆ, ਹਿੰਦੂਆਂ ਦਾ, ਮੁਸਲਮਾਨ ਦਾ, ਸਿੱਖਾਂ ਦਾ। ਸਿੱਖਾਂ ਦੇਖੋ, ਸਾਡੇ ਗੁਰਦੁਆਰੇ ਛੱਡੇ ਗਏ, ਜ਼ਮੀਨਾਂ ਗਈਆਂ, ਸਾਡਾ ਪੰਜਾਬ ਚੱਲ ਗਿਆ। ਪੰਕਜ ਜੀ, ਹੁਣ ਤੁਸੀਂ ਅੰਤਰ ਧਿਆਨ ਦੇ ਕੇ ਸੋਚੋ ਭਾਈ, ਅਸੀਂ ਕਿੱਥੇ ਹਾਂ, ਕਿੱਥੋਂ ਆਏ ਹਾਂ, ਸਾਡੇ ਉੱਪਰ ਕੀ ਬੀਤਿਆ। ਇਹ ਮੇਰੀ ਅਪੀਲ ਸਾਰਿਆਂ ਦੀ ਆ, ਜਿਹੜੇ ਪੰਜਾਬ, ਪਾਕਿਸਤਾਨ ਪੰਜਾਬ, ਇੰਡੀਆ ਪੰਜਾਬ, ਸਿੱਖ ਆ, ਪੰਜਾਬੀ ਆ, ਹਿੰਦੂ ਆ, ਉਸ ਵੇਲੇ ਸਾਰੇ ਇਫੈਕਟ ਹੋਏ ਆ। ਇਹ ਮੈਂ ਸਾਰਿਆਂ ਨੂੰ ਕਹਿੰਦਾ, ਤੁਸੀਂ ਥੋੜ੍ਹਾ ਜਿਹਾ ਸੋਚੋ ਆਹ ਦਿਨ ਕੀ ਆ। ਜਦੋਂ ਕੋਈ ਦੂਜੀਆਂ ਕੌਮਾਂ 'ਤੇ ਇੱਦਾਂ ਹੁੰਦੇ ਆ, ਉਹ ਹਰ ਵਾਰੀ ਸੋਚਦੇ ਵੀ ਮੁੜ ਕੇ ਅਸੀਂ ਸਿੱਖੀਏ, ਵੀ ਮੁੜ ਕੇ ਇੱਦਾਂ ਨਾ ਹੋਵੇ। ਅਤੇ ਅਸੀਂ ਹਰ ਵਾਰੀ ਸਰਬੱਤੇ ਭਲੇ ਦੀ ਅਰਦਾਸ ਕਰਦੇ ਹਾਂ। ਇਹ ਵੀ ਸਮੇਂ ਸਰਬੱਤੇ ਭਲੇ ਦੀ ਅਰਦਾਸ ਕਰਨ ਦਾ, ਭਾਈ ਜਿਹੜਾ ਸਰਬੱਤ ਆ ਉਹਦੇ ਵਿੱਚ ਦੇਖੋ ਕਿੰਨੀ ਨਫ਼ਰਤ ਪੈਦਾ ਹੋ ਰਹੀ ਆ, ਉਹ ਨਫ਼ਰਤ ਨੂੰ ਕਿੱਦਾਂ ਹਟਾਉਣਾ। ਤੁਸੀਂ ਆਪੇ ਇੱਕ ਦੂਜੇ ਨਾਲ ਸੋਚ ਵਿਚਾਰ ਕਰੋ, ਇੱਕ ਦੂਜੇ ਸੋਚ ਵਿਚਾਰ ਹੋਰ ਵਧਾਓ। ਜਿਹੜਾ ਸੋਸ਼ਲ ਮੀਡੀਆ, ਫੇਸਬੁੱਕ ਆ, ਇੰਸਟਾਗ੍ਰਾਮ, ਉੱਤੇ ਚੱਜ ਦੀਆਂ ਖਬਰਾਂ ਪਾਓ, ਚੱਜ ਦੇ ਆਪਣੇ ਧਿਆਨ ਦਿਓ ਭਾਈ। ਅਸੀਂ ਦੇਖੋ ਸਾਡੇ ਭਰੋਸੇ ਕੀ ਹੋਇਆ, ਕਿੰਨੀਆਂ ਮੌਤਾਂ ਹੋਈਆਂ, ਅਤੇ ਹੁਣ ਅਸੀਂ ਉਹ ਮੁੜ ਕੇ ਨਹੀਂ ਚਾਹੁੰਦੇ। ਇਹ ਮੂਮੈਂਟ ਆ, ਅਸੀਂ ਸਾਡਾ ਇੱਕ ਸਮਾਂ ਆ, ਇੱਕ ਦਿਨ ਆ ਸਾਨੂੰ ਅੰਦਰਲੀ, ਜਾਂ ਗੋੜੇ ਕਹਿੰਦੇ ਹੁੰਦੇ ਭਾਈ, ਰਿਫਲੈਕਸ਼ਨ ਲਈ, ਅੰਗਰੇਜ਼ੀ ਕਹਿੰਦੇ ਰਿਫਲੈਕਸ਼ਨ, ਜਿੱਦਾਂ ਵੀ ਅੰਦਰੋਂ ਸੋਚੋ ਥੋੜ੍ਹਾ ਜਿਹਾ, ਅਸੀਂ ਕੌਣ ਆ, ਕਿੱਥੇ ਜਾਣਾ, ਕੀ ਸਿੱਖਿਆ ਅਸੀਂ। ਅਤੇ ਇਹਦੇ ਵਿੱਚ ਇਹਦੇ ਵੀ ਅਸੀਂ ਜਾ ਕੇ ਹੁਣ ਕਹੀਏ ਵੀ ਚਲੋ ਸਾਡੀ ਆਜ਼ਾਦੀ ਆ ਗਈ, ਆ ਗਈ। ਤੁਹਾਨੂੰ ਪਤਾ ਪੰਜਾਬ ਕੀ ਹੋਇਆ, ਜਦੋਂ ਆਜ਼ਾਦੀ ਦਾ ਨਾਮ ਲੈਂਦੇ ਹਾਂ ਪੰਜਾਬ ਦੇ ਵਿੱਚ ਕੀ ਹੁੰਦਾ, ਕਿਉਂਕਿ ਜਿਹੜੇ ਝੂਠੇ ਮੁਕਾਬਲੇ 'ਚ ਮਾਰੇ ਗਏ ਸਾਡੇ ਨੌਜਵਾਨ, ਡਿਸਅਪੀਅਰ ਕੀਤੇ ਗਏ, ਉਹ ਅੱਜ ਅਸੀਂ ਹਾਲ ਤੱਕ ਵੀ ਉਸ ਵੇਲੇ ਦੇ 75-76 ਸਾਲ ਦੇ ਹਾਲ ਤੱਕ ਵੀ ਉਹੀ ਸੋਚੀ ਜਾਂਦੇ ਹਾਂ ਵੀ ਸਾਡੇ ਉੱਪਰ ਕਿਉਂ ਹੋ ਰਿਹਾ। ਇਹਦੇ ਬਾਰੇ ਸੋਚੋ ਵੀ ਨਫ਼ਰਤ ਦੀ ਰਾਜਨੀਤੀ ਜਿਹੜੀ ਆ ਉਹ ਦੂਰ ਕਰੋ, ਹਰ ਧਰਮ ਨੂੰ ਤੁਸੀਂ ਨਾਲ ਨਾਲ ਜੋੜੋ ਇੱਕ ਦੂਜੇ ਨਾਲ, ਸੋਚ ਵਿਚਾਰ ਲਈ ਵੀ ਅਸੀਂ ਦੁਨੀਆ ਕਿੱਦਾਂ ਗਾਹਾਂ ਤੋਰ ਸਕਦੇ ਹਾਂ ਵੀ ਸ਼ਾਂਤਮਾਜ ਨਾਲ, ਪਿਆਰ ਦੇ ਨਾਲ। ਜੇ ਨਫ਼ਰਤ ਹੈਗੀ ਆ ਕਿਸੇ ਦੇ ਨਾਲ, ਤੁਸੀਂ ਸੋਚੋ ਕਿਉਂ ਮੇਰੀ ਨਫ਼ਰਤ ਆ, ਕਿਉਂਕਿ ਜਿਹੜਾ ਸਿੱਖ ਆ ਕਿਸੇ ਧਰਮ ਨਫ਼ਰਤ ਨਹੀਂ ਕਰਦਾ। ਪਰ ਜਿਹੜੀ ਰਾਜਨੀਤੀ ਹੁੰਦੀ ਆ, ਸਿੱਖ ਹਰ ਵਾਰੀ ਚੈਲੰਜ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।